pan sa të funaj. Ta unë aprava dhe në këllam pasi me sërëm. U këndë vi, gjestën vë last kundu li ali stage të bole, gjëri mërë li sënjok të mërë qali stage. Këndë kamër të osë në lega lëke ke, vi pishli stage të njënë. Vi të si në ajaj kërëm. Që të më stage të bole rëja si në speech, të i dhekë vi ljo, ta u bëjorë këne më në ake këne, këtë këndë pot të kamër aji në galë gjërur, këndë vi gjëdo pëqe në, ਕੋਈ ਪਥਰਾਵ ਹੁੰਦਾ ਜਾਂ ਪੁਲਿਸ ਵਾਲਾ ਕੋਈ ਚੜ ਪਾਉਂਦੀ ਵੀ ਉਦੋਂ ਵੀ ਸਾਰੇ ਮੁੰਡੇ ਉੱਠ ਕੇ ਭੱਜ ਲੈਂਦੇ ਵੀ ਸਾਰੇ ਉਹ ਇੱਦਾਂ ਨਾ ਭੱਜਿਆ ਕਰਨ ਤਾਂ ਮੈਂ ਤਾਂ ਯਾਰ ਉਸ ਭਾਵਨਾ ਨੇ ਆਖਿਆ ਸੀ ਵੀ ਕਿਉਂਕਿ ਹੁਣ ਕੋਈ ਨਹੀਂ ਚਾਹੁੰਦਾ ਹਨਾ ਉਸ ਵੇਲੇ ਜਾਣੀ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਰੱਬ ਨੂੰ ਯਾਰ ਵੀ ਮੇਰੇ ਕੋਈ ਦੂਜੀ ਸਟੇਜ ਤਾਂ ਯਾਦ ਚੇਤੇ ਨਹੀਂ ਸੀ ਮੈਂ ਉਹਨੂੰ ਲੈ ਕੇ ਬੋਲ ਰਿਹਾ ਪਰ ਸਾਨੂੰ ਸਭ ਨੂੰ ਪਤਾ ਯਾਰ ਹਫ਼ਤਾ 10 ਦਿਨ ਪਹਿਲਾਂ ਉਸੇ ਸਟੇਜ 'ਤੇ ਦਾ ਪ੍ਰੋਗਰਾਮ ਕਰਕੇ ਆਏ ਪਿਛਲੇ ਦਿਨਾਂ ਵਿੱਚ ਪੰਜਾਬੀ ਗਾਇਕ ਕਨਵਰ ਗਰੇਵਾਲ ਵੱਲੋਂ ਸੰਯੁਕਤ ਮੋਰਚੇ ਦੀ ਸਟੇਜ ਤੋਂ ਇਹ ਕਿਹਾ ਗਿਆ ਸੀ ਕਿ ਪਿੱਛੇ ਸਿੰਘੂ 'ਤੇ ਲੱਗੀ ਸਟੇਜ ਵੱਲ ਕੋਈ ਨਾ ਜਾਵੇ ਸਿੰਘੂ ਦੀ ਸਟੇਜ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਪੰਧੇਰ ਵੱਲੋਂ ਲਾਈ ਗਈ ਹੈ ਜਿੱਥੇ ਕੁਝ ਐਲਤੀ ਲੋਕਾਂ ਵੱਲੋਂ ਹਮਲੇ ਵੀ ਹੋਏ ਸੀ ਇਸ ਸਟੇਜ ਬਾਬਤ ਦਿੱਤੇ ਬਿਆਨ 'ਤੇ ਲੋਕਾਂ ਵੱਲੋਂ ਕਨਵਰ ਗਰੇਵਾਲ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਗਈ ਅਤੇ ਹੁਣ ਕਨਵਰ ਵੱਲੋਂ ਆਪਣੇ ਬਿਆਨ ਬਾਬਤ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡਾ ਸਭ ਦਾ ਕੁਛ ਗੱਲਾਂ ਸੀ ਮਨ 'ਚ ਦੋ ਤਿੰਨ ਦਿਨ ਹੀ ਹੋ ਗਏ ਤਾਂ ਚਿੱਤ ਕੀਤਾ ਕਿ ਮੈਂ ਤੁਹਾਡੇ ਨਾਲ ਕਰ ਲਾਂ ਸਾਰੀਆਂ ਕਈ ਦਿਨਾਂ ਤੋਂ ਨਾ ਕੁਛ ਭਰਾਵਾਂ ਦੇ ਸਾਡੇ ਸਿਆਣੇ ਭਰਾ ਜਿਹੜੇ ਮੋਰਚੇ ਨੂੰ ਲੈ ਕੇ ਚਿੰਤਤ ਆ ਮੈਨੂੰ ਫੋਨ ਆਏ ਗਿਣਤੀ ਲਾ ਲਓ ਵੀ ਕੋਈ 5-7 ਫੋਨ ਆਏ ਤਾਂ ਉਹਨਾਂ ਭਰਾਵਾਂ ਦਾ ਨਾ ਇੱਕ ਲਾਂਭਾ ਸੀ ਮੇਰੇ ਸਿਰ ਉਹ ਕਹਿੰਦੇ ਵੀ ਜਿਸ ਦਿਨ ਮੈਂ ਲਾਸਟ ਕੁੰਡਲੀ ਵਾਲੀ ਸਟੇਜ 'ਤੇ ਬੋਲਿਆ ਜਿਹੜੀ ਮੂਹਰਲੀ ਸੰਯੁਕਤ ਮੋਰਚਾ ਵਾਲੀ ਸਟੇਜ ਹੈ ਕਹਿੰਦੇ ਕਮਰ ਤੂੰ ਉਸ ਦਿਨ ਇਹ ਗੱਲ ਕਹਿ ਕੇ ਆਇਆ ਵੀ ਪਿਛਲੀ ਸਟੇਜ 'ਤੇ ਨਹੀਂ ਜਾਣਾ ਵੀ ਤੁਸੀਂ ਨਾ ਜਾਇਆ ਕਰੋ ਪਰਮਾਤਮਾ ਹਾਜ਼ਰ ਹੈ ਯਾਰ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ 4 ਮਹੀਨੇ ਹੋ ਗਏ ਮੈਂ ਤਾਂ ਨਹੀਂ ਕਿ ਮੈਂ ਕਿਸੇ ਦਾ ਅਹਿਸਾਨ ਕਰਦਾ ਫਿਰਦਾ ਇੱਕੋ ਹੀ ਭਾਵਨਾ ਲੈ ਕੇ ਘਰੋਂ ਨਿਕਲੇ ਹੋਏ ਹਾਂ ਕਿ ਬਿੱਲ ਆ ਜਿਹੜੇ ਹਨਾ ਇਹ ਰੱਦ ਹੋ ਜਾਣੇ ਯਾਰ ਅਤੇ ਬਾਕੀ ਜਿਹੜੇ ਸਾਡੇ ਉੱਥੇ ਸਾਡੇ ਪਰਿਵਾਰ ਬੈਠੇ ਆ ਬਜ਼ੁਰਗ ਬੈਠੇ ਆ ਸਾਡੇ ਮਾਤਾਵਾਂ ਸਭ ਬੈਠੀਆਂ ਤਾਂ ਜਿੰਨਾ ਕਰ ਸਕਦੇ ਹਾਂ ਆਪਾਂ ਕਰ ਲਈਏ ਤਾਂ ਉਸ ਦਿਨ ਵਾਲੀ ਗੱਲ ਸਰ ਫਾਈਨੀ ਸੀ ਪਿਆਰਿਓ ਕਿ ਜਦੋਂ ਮੈਂ ਸਟੇਜ 'ਤੇ ਬੋਲ ਰਿਹਾ ਸੀ ਨਾ ਸਪੀਚ ਤੁਸੀਂ ਦੇਖ ਵੀ ਲਿਓ ਤਾਂ ਉਹ ਬਜ਼ੁਰਗ ਨੇ ਮੈਨੂੰ ਆ ਕੇ ਆਖਣੇ ਆਖਿਆ ਸੀ ਕਹਿੰਦਾ ਪੁੱਤ ਕਵਰ ਇੰਨਾ ਗੱਲ ਜ਼ਰੂਰ ਕਦੇ ਵੀ ਜਦੋਂ ਪਿੱਛੇ ਨਾ ਕੋਈ ਪਥਰਾਵ ਹੁੰਦਾ ਜਾਂ ਪੁਲਿਸ ਵਾਲਾ ਕੋਈ ਝੜਪ ਹੁੰਦੀ ਵੀ ਉਦੋਂ ਵੀ ਸਾਰੇ ਮੁੰਡੇ ਉੱਠ ਕੇ ਭੱਜ ਲੈਂਦੇ ਵੀ ਸਾਰੇ ਉਹ ਇੱਦਾਂ ਨਾ ਭੱਜਿਆ ਕਰਨ ਤਾਂ ਮੈਂ ਤਾਂ ਯਾਰ ਉਸ ਭਾਵਨਾ ਨੇ ਆਖਿਆ ਸੀ ਵੀ ਕਿਉਂਕਿ ਹੁਣ ਕੋਈ ਨਹੀਂ ਚਾਹੁੰਦਾ ਹਨਾ ਵੀ ਸਾਡੇ ਪੁੱਤ ਨੇ ਸਾਰੇ ਸਾਡੀ ਨੌਜਵਾਨੀ ਹੈ ਕੋਈ ਇਸ ਤਰ੍ਹਾਂ ਦਾ ਅਸੀਂ ਨੁਕਸਾਨ ਝੱਲੀਏ ਬਾਕੀ ਉਸ ਵੇਲੇ ਜਾਣੀ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਰੱਬ ਨੂੰ ਯਾਰ ਵੀ ਮੇਰੇ ਕੋਈ ਦੂਜੀ ਸਟੇਜ ਤਾਂ ਯਾਦ ਚੇਤੇ ਵੀ ਨਹੀਂ ਸੀ ਮੈਂ ਉਹਨੂੰ ਲੈ ਕੇ ਬੋਲ ਰਿਹਾ ਔਰ ਸਾਨੂੰ ਸਭ ਨੂੰ ਪਤਾ ਯਾਰ ਹਫ਼ਤਾ 10 ਦਿਨ ਪਹਿਲਾਂ ਉਸੇ ਸਟੇਜ 'ਤੇ ਦਾ ਪ੍ਰੋਗਰਾਮ ਕਰਕੇ ਆਏ ਸੋ ਮੇਰੇ ਲਈ ਤਾਂ ਯਾਰ ਸਾਰੇ ਸਤਿਕਾਰ ਹੀ ਹੋ ਗਿਆ ਮੈਂ ਭਰਾਓ ਕੋਈ ਧਿਰ ਨਹੀਂ ਬਣ ਕੇ ਆਇਆ ਇੱਥੇ ਮੈਂ ਤਾਂ ਨੌਕਰ ਬਣ ਕੇ ਆਇਆ ਸੋ ਇੱਦਾਂ ਦੀ ਕੋਈ ਮਨ 'ਚ ਗੱਲ ਨਾ ਰੱਖਿਓ ਔਰ ਜੇ ਕਿਸੇ ਵੀ ਸਾਡੇ ਭਰਾ ਨੂੰ ਕਿਸੇ ਭੈਣ ਨੂੰ ਲੱਗਦਾ ਇਹ ਗੱਲ ਕਿ ਇਸ ਗੱਲ 'ਚ ਮੈਂ ਗਲਤ ਹਾਂ ਤਾਂ ਮੈਂ ਤਾਂ ਯਾਰ ਮਾਫ਼ੀ ਮੰਗਣ ਨੂੰ ਵੀ ਤਿਆਰ ਹਾਂ ਕਿ ਬੱਚਾ ਯਾਰ ਤੁਹਾਡਾ ਭਰਾ ਹੈ ਹਨਾ ਇਹਨਾਂ ਪਰਿਵਾਰਾਂ ਦਾ ਪੁੱਤ ਹਾਂ ਮੈਂ ਸੋ ਇਹ ਭਾਵਨਾਵਾਂ ਤਾਂ ਅਸੀਂ ਲੈ ਕੇ ਨਹੀਂ ਆਉਣੀਆਂ ਸੋ ਮੈਂ ਇੱਕ ਵਾਰੀ ਫਿਰ ਹੱਥ ਜੋੜ ਕੇ ਕਹਿ ਦਿੰਦਾ ਕਿ ਜੇ ਕਿਸੇ ਦੇ ਵੀ ਮਨ 'ਚ ਇਹ ਭਾਵਨਾ ਹੈ ਕਿ ਮੈਂ ਉਸ ਤਰੀਕੇ ਨਾਲ ਬੋਲਿਆ ਤਾਂ ਮੈਂ ਮਾਫ਼ੀ ਚਾਹੁੰਦਾ ਹਨਾ ਅਤੇ ਬਾਕੀ ਇਹ ਗੱਲ ਮੈਂ ਕਲੀਅਰ ਕਰਦਾ ਮੇਰਾ ਮੇਰਾ ਕਿਸੇ ਜਥੇਬੰਦੀ ਨਾਲ ਕਿਸੇ ਧਾਰਮਿਕ ਜਥੇਬੰਦੀ ਨਾਲ ਕਿਸੇ ਕਿਸਾਨ ਜਥੇਬੰਦੀ ਨਾਲ ਜਾਂ ਕਿਤੇ ਵੀ ਕੋਈ ਇੱਦਾਂ ਥੋੜ੍ਹੀ ਜਿਹਾ ਯਾਰ ਅਸੀਂ ਕੋਈ ਧਿਰ ਬਣ ਕੇ ਆਵਾਂਗੇ ਅਸੀਂ ਤਾਂ ਸਾਰਿਆਂ ਦਾ ਹੀ ਹੈ ਤਾਂ ਸਾਡਾ ਤਾਂ ਬਸ ਇੱਕੋ ਹੀ ਹੈ ਕਿ ਭਾਵੇਂ ਸਾਨੂੰ ਝਾੜੂ ਲਾਉਣਾ ਪੈ ਜਾਵੇ ਉੱਥੇ ਯਾਰ ਹਨਾ ਜੇ 6 ਮਹੀਨੇ ਝਾੜੂ ਵੀ ਲਾਉਣਾ ਪਏਗਾ ਅਸੀਂ ਝਾੜੂ ਲਾਈ ਜਾਵਾਂਗੇ ਯਾਰ ਸਾਨੂੰ ਸਟੇਜਾਂ 'ਤੇ ਵੀ ਬੋਲਣ ਦਾ ਕੋਈ ਇੱਦਾਂ ਨਹੀਂ ਕਿ ਮੈਂ ਰੋਜ਼ ਸਟੇਜਾਂ 'ਤੇ ਬੋਲਾਂ ਪਰ ਮੇਰੀ ਮੇਰੀ ਸੱਚੀ ਜਾਣੀ ਮੇਰੀ ਉਹ ਭਾਵਨਾ ਨਹੀਂ ਸੀ ਸੋ ਇਸ ਗੱਲ ਨੂੰ ਜ਼ਰੂਰ ਕਲੀਅਰ ਕਰ ਲਿਓ ਆਪਦੇ ਮਨਾਂ 'ਚੋਂ ਇਹ ਗੱਲ ਕੱਢ ਲਿਓ ਯਾਰ ਆਪਾਂ ਤਾਂ ਮੈਂ ਤਾਂ ਸਗਾਂ ਦੀ ਕਹਿੰਦਾ ਕਿ ਜੋ ਅੱਜ ਕੱਲ੍ਹ ਕਾਮਾ ਰੋਲੀ ਪਈ ਹੋਈ ਹੈ ਫੇਸਬੁੱਕ 'ਤੇ ਸਭ ਕਿਤੇ ਕਿ ਉਹਦੇ ਬਾਰੇ ਐਂ ਬੋਲਦੇ ਉਹਦੇ ਬਾਰੇ ਮੈਂ ਕਹਿੰਦਾ ਕਿਸੇ ਬਾਰੇ ਬੋਲਣ ਦੀ ਲੋੜ ਨਹੀਂ ਹੈ ਇਸ ਵੇਲੇ ਸਾਡਾ ਫੋਕਸ ਇੱਕ ਗੱਲ 'ਤੇ ਹੋਣਾ ਚਾਹੀਦਾ ਕਿ ਅਸੀਂ ਬਿੱਲ ਰੱਦ ਕਰਾਉਣੇ ਹੈ ਯਾਰ ਉਹਦੇ ਲਈ ਕੀ ਕਰਨਾ ਚਾਹੀਦਾ ਸਾਨੂੰ ਆਪਾਂ ਸਾਰੇ ਸਿਆਣੇ ਹਾਂ ਸਾਨੂੰ ਉਹੀ ਕਰਨਾ ਚਾਹੀਦਾ ਇਸ ਵੇਲੇ ਥਪਾਕ ਦੀ ਲੋੜ ਹੈ ਏਕੇ ਦੀ ਲੋੜ ਹੈ ਹਨਾ ਜਿਹੜੇ ਸਾਡੇ ਮਨਾਂ 'ਚ ਮਟਾਵ ਹੈ ਇਹਨੂੰ ਪਾਸੇ ਰੱਖ ਦਿਓ ਯਾਰ ਬਹੁਤ ਸਾਰਿਆਂ ਦੇ ਮੈਨੂੰ ਪਤਾ ਹੈ ਐਸੇ ਕਿਰਦਾਰ ਹੈ ਜਿਹੜੇ ਪੰਜਾਬ 'ਚ ਜਾਣੀ ਵੱਡੇ ਹੈ ਜਿਹਨਾਂ ਬਾਰੇ ਚੱਲ ਰਿਹਾ ਕਿ ਉਹਦੇ ਬਾਰੇ ਕੀ ਕਹੀਏ ਉਹਦੇ ਬਾਰੇ ਕੀ ਕਹੀਏ ਮੈਨੂੰ ਲੱਗਦਾ ਕਿ ਕਿਸੇ ਬਾਰੇ ਕੁਛ ਕਹਿਣ ਦੀ ਲੋੜ ਨਹੀਂ ਹੈ ਬਹੁਤ ਸਾਰਿਆਂ ਦੇ ਆਪਸ ਦੇ ਵਿੱਚ ਕੋਈ ਵਿਚਾਰਕ ਮਤਭੇਦ ਹੋ ਸਕਦੇ ਹਨਾ ਉਹ ਦੂਰੀਆਂ ਬਣੀਆਂ ਹੋ ਸਕਦੀਆਂ ਪਰ ਮੈਨੂੰ ਲੱਗਦਾ ਕਿ ਜਦੋਂ ਪੰਜਾਬ ਵਾਪਸ ਆ ਜਾਵਾਂਗੇ ਆਪਾਂ ਉਦੋਂ ਦੂਰ ਕਰ ਲਾਂਗੇ ਯਾਰ ਬਹਿ ਕੇ ਟੇਬਲ 'ਤੇ ਦੂਰ ਕਰ ਲਾਂਗੇ ਕੋਈ ਗੋਸ਼ਟੀ ਕਰ ਲਾਂਗੇ ਜਿਵੇਂ ਬਾਬੇ ਨਾਨਕ ਨੇ ਕੀਤੀਆਂ ਸੋ ਇਸ ਵੇਲੇ ਮੈਨੂੰ ਲੱਗਦਾ ਕਿ ਆਪਾਂ ਆਪਾਂ ਕਿਸੇ 'ਤੇ ਵੀ ਕੋਈ ਚਿਕੜ ਨਾ ਛਾਲੀਏ ਆਪਣਾ ਇੱਕੋ ਹੀ ਮਕਸਦ ਹੋਣਾ ਚਾਹੀਦਾ ਕਿ ਆਪਾਂ ਬਿੱਲ ਰੱਦ ਕਰਾਉਣੇ ਸੋ ਪਲੀਜ਼ ਭਰਾ ਯਾਰ ਤੁਹਾਡਾ ਮੈਂ ਇੱਦਾਂ ਨਾ ਜਾਣੀ ਇਹ ਚੀਜ਼ਾਂ ਨਹੀਂ ਆਪਾਂ ਕ੍ਰੀਏਟ ਹੋਣ ਦੇਣੀਆਂ ਕਿ ਮੈਂ ਕਿਸੇ ਇੱਕ ਧਿਰ ਦਾ ਨਹੀਂ ਗਵਾਈਏ ਹੈ ਰੱਬ ਦੇ ਬਣਾਏ ਗਵਾਈਏ ਹੈ ਤਾਂ ਸਾਰਿਆਂ ਦੇ ਸਾਂਝੇ ਹੀ ਹੈ ਮਿੱਤਰੋ ਮਾਣ ਰੱਖਿਓ ਯਕੀਨ ਰੱਖਿਓ
ਬਿੱਲ ਰੱਦ ਕਰਾ ਕੇ ਜਾਵਾਂਗੇ, ਰਲ ਮਿਲ ਕੇ ਮਿਹਨਤ ਕਰਾਂਗੇ ਆਪਾਂ ਸਾਰੇ ਭੈਣ ਭਰਾ, ਤੇ ਬਾਹਰਲੇ ਮੁਲਕਾਂ ਚ ਵੀ ਜਿਹੜੇ ਇਹਨਾਂ ਚੀਜ਼ਾਂ ਨੂੰ ਲੈ ਕੇ ਚਿੰਤਾ ਚ ਹੈ ਉਹਨਾਂ ਪਰਿਵਾਰਾਂ ਨੂੰ ਵੀ ਹੌਲੀ ਕਰੋ ਯਾਰ, ਹਨਾ ਆਪਾਂ ਨਾ ਕਿਸੇ ਬਾਰੇ ਕੁਛ ਵੀ ਬੋਲੀਏ। ਸੋ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਾਰਿਆਂ ਦਾ, ਤੇ ਮਿਲਦੇ ਹਾਂ ਜਲਦੀ, ਸਤਿ ਸ਼੍ਰੀ ਅਕਾਲ। ਦੱਸ ਦਈਏ ਕਿ ਕਨਵਰ ਗਰੇਵਾਲ ਪਹਿਲੇ ਦਿਨ ਤੋਂ ਇਹਨਾਂ ਮੋਰਚਿਆਂ ਵਿੱਚ ਹਾਜ਼ਰੀ ਭਰ ਰਿਹਾ, ਲੋਕਾਂ ਨੂੰ ਲਾਮਬੱਧ ਕਰ ਰਿਹਾ, ਜਦੋਂ ਕਿ ਉਸ ਦੇ ਨਾਲ ਹਰਫ ਚੀਮਾ ਗਲ ਵੜੈਚ ਵੀ ਉਸਦਾ ਸਾਥ ਦੇ ਰਹੇ ਨੇ, ਨਾਲ ਦੀ ਨਾਲ ਬਹੁਤ ਸਾਰੇ ਹੋਰ ਪੰਜਾਬੀ ਕਲਾਕਾਰ, ਗੀਤਕਾਰ, ਗਾਇਕ ਵੀ ਇਹਨਾਂ ਮੋਰਚਿਆਂ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਪਰ ਕਨਵਰ ਗਰੇਵਾਲ ਵੱਲੋਂ ਸਿੰਘੂ ਦੀ ਸਟੇਜ ਬਾਬਤ ਦਿੱਤੇ ਬਿਆਨ 'ਤੇ ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ, ਜਿਸ 'ਤੇ ਅੱਜ ਕਨਵਰ ਗਰੇਵਾਲ ਨੇ ਆਪਣਾ ਸਪਸ਼ਟੀਕਰਨ ਦਿੱਤਾ।